ਕਿਰਾਇਆ ਤੇ ਸਾਡੀ ਜਗ੍ਹਾ ਸੀ, ਸਾਡੀ ਆਪਣੀ ਵੀ ਨੀਗੀ, ਉਹ ਵਿਚਾਰੇ ਇੱਥੇ ਨੀਗੇ ਹੈਗੇ ਤੇ ਉਹ ਸਾਰੀ ਜਗ੍ਹਾ ਡਿੱਗ ਪਈ। ਅਸੀਂ ਕਿਸੇ ਦੇ ਘਰ ਜਾ ਕੇ ਰਾਤਾਂ ਦੋ ਗੁਜ਼ਾਰੀਆਂ ਨਿੱਕੇ ਨਿੱਕੇ ਬੱਚੇ ਲੈ ਕੇ। ਆਹ ਜਿਹੜਾ ਛੱਪੜ ਛੱਡੇ ਨੇ ਲੋਕਾਂ ਦੇ ਮਕਾਨ ਤੈਅ ਹੋ ਗਏ ਨੇ ਸਾਰੇ, ਆਹ ਸਾਰੇ ਬਰਬਾਦੀ ਲੱਠੀ ਪੇ ਕਿਰਾਏ ਤੇ ਵਿਚਾਰੇ ਬੈਠੇ ਨੇ, ਸਮਾਨ ਬਾਹਰ ਲਾ ਕੇ ਉਹਨਾਂ ਦੇ ਆਟੇ ਦਾਣੇ ਸਾਰੇ ਭਿੱਜ ਪੁੱਜ ਗਏ, ਕੋਈ ਗੱਲ ਨੀ ਰਹੀ ਹੈ ਕਿਸੇ ਕੰਮ ਦੀ ਵੀ, ਜਿਹੜੀ ਮੰਜੀਆਂ ਪੀੜੀਆਂ ਸਭ ਠੇਕਾ ਹੋਇਆ। ਠੇਕਾ ਹੋਣ ਦੇ ਬਾਵਜੂਦ ਮੇਰਾ ਮਤਲਬ ਉਹਨਾਂ ਉਹਦੇ 'ਚ ਨਾ ਕੋਈ ਸੀਮੈਂਟ ਲਾਇਆ ਨਾ ਗੱਲ, ਉਹ ਸਾਰਾ ਪਾਣੀ ਜਿਹੜਾ ਨਾਲਾ ਜਿਹੜਾ ਨਾ ਉਹ ਟੁੱਟ ਗਿਆ, ਉਹ ਪਾਣੀ ਜਿਹੜਾ ਬੰਦ ਹੋ ਗਿਆ। ਪਰ ਉਦੋਂ ਵੀ ਮੈਂ ਬੜਾ ਰੌਲਾ ਪਾਇਆ ਉਹਨਾਂ ਨੂੰ, ਬੜਾ ਹੀ ਉਹਨਾਂ ਨੂੰ ਕਿਹਾ, ਉਹਦੇ ਬਾਵਜੂਦ ਉਹਨਾਂ ਨੂੰ ਅਸਰ ਹੀ ਨਹੀਂ ਹੋਇਆ। ਤੇ ਹੁਣ ਉਹ ਸਾਡੇ ਸਾਰੇ ਅੰਦਰਾਂ 'ਚ ਪਾਣੀ ਜਿਹੜਾ ਦਾਖਲ ਹੁੰਦਾ ਪਿਆ, ਅਸੀਂ ਬੜੇ ਪਰੇਸ਼ਾਨ ਇਸ ਚੀਜ਼ ਤੋਂ ਬੜੇ। ਸਾਡੀ ਮੇਅਰ ਦੀ ਨੇ ਸਾਰੀ ਕਾਨੂੰਨੀ ਅਕਾਨਾ ਮੇਅਰ ਦੀ ਨੇ ਸਾਰੀ ਕਾਨੂੰਨੀ ਵੇਚੀ ਹੈ, ਕੋਈ ਕਬਰਸਤਾਨ ਦੀ ਜਗ੍ਹਾ ਨਹੀਂ ਹੈ, ਕੋਈ ਕਿਤੇ ਪਾਣੀ ਦਾ ਨਿਕਾਸ ਨਹੀਂ ਹੈ, ਆਲਰੇਡੀ ਕੋਈ ਮਸਜਿਦ ਕੋਈ ਚੀਜ਼ ਉਹਨੇ ਛੱਡੀ ਨਹੀਂ, ਉਹਨਾਂ ਕੋਲ ਗਲੀਆਂ ਠੇਕੇ ਕੋਈ ਕੰਮ ਨਹੀਂ ਕੋਈ ਕਰ ਰਿਹਾ, ਕੋਈ ਕੋਈ ਗੱਲ ਨਹੀਂ ਕੋਈ ਬਾਤ ਨਹੀਂ। ਸਾਰੀ ਦੁਨੀਆ ਜੀ ਸਾਰੀ ਦੁਨੀਆ ਪੂਰਾ ਕਰਨ ਨੌ ਵਾਰ ਜਿੰਨੀ ਵਾਮ ਸਾਰੀ ਪਰੇਸ਼ਾਨ ਹੈ, ਜਿਹੜੇ ਰੋਟੀ ਵੀ ਨਹੀਂ ਪਕਾ ਸਕਦੇ, ਕਿਸੇ ਦੇ ਘਰ ਬਾਲਣ ਵੀ ਨਹੀਂ ਹੈ, ਕੋਈ ਗੱਲ ਨਹੀਂ ਹੈ, ਕੋਈ ਇੱਥੇ ਕੋਈ ਨਾ ਸੁਣਦਾ ਨਾ ਸੁਣਾਉਂਦਾ। ਇਹ ਤੇ ਮਸਤਾਨਾ ਦੋ ਵਾਰ ਨਾਜ਼ਮ ਹੋਇਆ, ਉਹਨੇ ਕਦੀ ਕਿਸੇ ਨੂੰ ਗਲੀ 'ਚ ਨਹੀਂ ਆ ਕੇ ਪੁੱਛਿਆ, ਉਦੋਂ ਉਹਨੇ ਕਿਹਾ ਅਸੀਂ ਕੰਮੀ ਆ, ਯੇ ਆ ਵੋ ਆ, ਦੋ ਵਾਰ ਇਲੈਕਸ਼ਨ ਜਿੱਤ ਲਿਆ, ਇੱਥੇ ਆ ਕੇ ਉਹਨੇ ਕਿਸੇ ਨੂੰ ਪੁੱਛਿਆ ਨਹੀਂ ਕਦੀ ਵੀ ਤੁਸੀਂ ਜੀਂਦੇ ਜੇ ਮਰੇ ਜੇ ਕੀ ਗੱਲ ਕੀ ਬਾਤ ਹੈ, ਤੁਹਾਨੂੰ ਕੋਈ ਚੀਜ਼ ਨਹੀਂ ਹੈ। ਜਿਹੜਾ ਸਾਰਾ ਬਰਬਾਦ ਹੋ ਗਿਆ ਔਰ ਸਾਰੇ ਕਮ ਸੇ ਕਮ ਹਜ਼ਾਰ ਘਰ ਡੁੱਬੇ ਨੇ ਇਸ ਵੇਲੇ, ਤੁਸੀਂ ਮੌਕੇ ਤੇ ਦੇਖ ਸਕਦੇ ਹੈਗੇ ਹੋ। ਹਾਂਜੀ, ਪੂਰੀ ਵਾਰਡ ਨੰਬਰ 9 ਡੁੱਬੀ ਹੈ, ਕਮ ਸੇ ਕਮ 1000 ਘਰ ਇਸ ਵਕਤ ਡੁੱਬਾ ਹੋਇਆ ਹੈਗਾ, ਔਰ ਨਾ ਕੋਈ ਪਾਣੀ ਦਾ ਨਿਕਾਸ ਹੈ, ਨਾ ਕੋਈ ਬੱਤੀ ਦਾ ਨਿਕਾਸ ਹੈ, ਔਰ ਇਹ ਸਾਰੀ ਚੀਜ਼ ਦਾ ਜ਼ਿੰਮੇਦਾਰ ਹਾਜੀ ਮੇਹਰਦੀਨ ਹੈਗਾ ਜੀ।